बिस्मिल्लाहिर्रहमानिर्रहीम, अस्सलाम वालेकुम। अस्सलाम वालेकुम। अल्लाह में बहुत में खुश रखे। बाद में कैसे लॉन्च कर दें, विष्णु पर प्रेस कर दें, मेरा पहचान स्कैम की तरह से कैप बोलो, बेल बटन लाल प्रेस कर तक से ध्यान वाली हर वीडियो टाइम से तक तक पहुंच सके। अच्छा जी, है वीडियो कुछ इस तरह ही है क्योंकि जी बाकी जो भी काम काज करके अबू नहीं शेयर करेंगे। अजय फिलहाल हॉस्पिटल जा सी, ਤੇ ਅਬੂ ਨਹੀਂ ਜਾ ਰਹੇ ਹੁਣ ਵਾਪਸ ਘਰ ਨੂੰ, ਮਗਰ ਤੁਸੀਂ ਚਲ ਚਲ ਜਾਓ। ਤੁਹਾਡਾ ਇੰਨਾ ਬੰਦਿਆਂ ਦੀ ਕੋਈ ਤਾਬਾ ਵੀ ਕੱਲੀ ਨਾ ਉੱਥੇ। ਹਾਂਜੀ, ਮੈਂ ਤਾਬਾ ਭੈਣ ਵੀ ਕਰ ਲਈ ਆ, ਨਾ ਫਾਤਮਾ ਵੀ ਉਹਦੇ ਕੋਲੇ, ਸ਼ੇ ਦੂਸਰਾ ਮਦਾਨੇ ਸ਼ੀਨ ਦੇ ਕੋਲੇ ਹੈਗਾ। ਹਾਂਜੀ, ਬਾਕੀ ਤੁਸੀਂ ਚਲ ਜਾਓ ਵਾ ਆਪਸੀ ਘਰ। ਤੇ ਅਬੂ ਹੁਣ ਚੱਲੇ ਵਾਪਸੀ, ਮਾਸ਼ਾ ਮਰੇ ਵੀ ਠੀਕ ਆ, ਔਰ ਬੇਬੀ ਵੀ ਠੀਕ ਆ ਮਾਸ਼ਾਅੱਲਾ। ਤੇ ਬੇਬੀ ਦੀ ਦਵਾਈ ਦਵੂਈ ਜਿਹੜੀ ਡਾਕਟਰ ਨੇ ਦੱਸੀ ਸੀ ਸਾਰੀ ਲੈ ਆਉਂਦੀ ਆ, ਤੇ ਪਲਾ ਵੀ ਦਿੱਤੀ ਆ ਕਿਉਂਕਿ ਜੀ ਆਕਸੀਜਨ ਵਗੈਰਾ ਲੱਗ ਸੀਗਾ, ਨਾਲ ਹੀ ਉਹਨਾਂ ਨੇ ਮੇਦੇ 'ਚ ਪਾਈਆਂ ਸੀ, ਮੇਦਾ ਵਾਸ਼ ਕੀਤਾ ਉਹਨਾਂ ਨੇ ਬੇਬੀ ਦਾ। ਅਤੇ ਹੁਣ ਅਸੀਂ ਕਿਉਂਕਿ ਸਾਨੂੰ ਲੱਗੀ ਸੀ ਭੁੱਖ, ਅਤੇ ਹਲਕੀ ਫੁਲਕੀ ਅਸੀਂ ਜੀ ਕੁਛ ਗਜ਼ਾ ਖਾ ਕੇ ਹਟੇ ਹਾਂ, ਔਰ ਆਸਰਾ ਹੋਇਆ ਹੁਣ ਅਤੇ ਰੋਟੀ ਖਾਵਾਂਗੇ ਸ਼ਾਮ ਨੂੰ ਹੁਣ। ਅਤੇ ਕਿਉਂਕਿ ਮੇਰੇ ਸਿਰ 'ਚ ਹੁੰਦੀ ਹੈ ਦਰਦ, ਕਿਉਂਕਿ ਮੈਨੂੰ ਨਾ ਹੁਣ ਹਾਂਜੀ ਬਹੁਤ ਪਲਾ ਦਿਓ ਚਾਹ ਦਾ ਪੀਣੀ। ਅੱਛਾ ਜੀ, ਉਹ ਬੈਠੀ ਦਾਦੋ ਬੇਬੀ ਦੀ, ਅਤੇ ਆ ਬੈਠਾ ਦਾਦਾ ਬੇਬੀ ਦਾ, ਅਤੇ ਮੈਂ ਤਾਂ ਦਾਦਾ ਖਡਾਉਣ ਵਾਲਾ ਨਾ ਕਹਿੰਦੇ ਨੇ, ਅਤੇ ਆਹ ਬੈਠਾ ਇਹਨਾਂ ਦਾ ਪਿਓ। ਇਹ ਭਾਈ ਤੁਸੀਂ ਭਾਵਾਂ ਚਾਹ ਪਿਆਓ, ਭਾਵਾਂ ਪਿਓ, ਇਹਨਾਂ ਨੂੰ ਬੋਤਲ ਲਿਆ ਕੇ, ਕਿਉਂਕਿ ਤੁਹਾਡਾ ਵੀ ਹੱਕ ਬਣਦਾ, ਇਕੱਲਾ ਮੇਰਾ ਨਹੀਂ ਬਣਦਾ। ਜਾ ਕੇ ਆਪਣੇ ਬੱਚਿਆਂ ਵਾਸਤੇ ਚਾਹ ਕਹਿਣ, ਚਾਹ ਲਿਆਉਣਾ, ਮਿਠਾਈ ਕਹਿਣ, ਮਿਠਾਈਆਂ, ਬੋਤਲ ਲਿਆਉਣਾ, ਮਠਿਆਈ ਵੀ ਨਹੀਂ ਖਾਣੇ ਕਿਉਂਕਿ ਦਾਣੇ ਫਸ ਜਾਂਦੇ ਜਾ ਕੇ ਖੋਲ। ਮੈਂ ਬੋਤਲ ਪਰਾ ਛੱਡ ਸਿੱਧੀ ਸ਼ੁਕਰ ਅਲਹਮਦੁਲਿਲਾ, ਮੇਰੀ ਬੇਟੀ ਵੀ ਠੀਕ ਹੈਗੀ ਆ। ਪਹਿਲੇ ਤਾਂ ਪਰੇਸ਼ਾਨੀ ਆਈ ਕਿਉਂਕਿ ਸਾਡੇ ਘਰ ਦੋ ਦੋ ਮਰੀਜ਼ ਇੱਕੋ ਵਾਰੀ ਪੈ ਗਏ ਮੰਜੀ 'ਤੇ, ਉਹ ਵੀ ਪਰੇਸ਼ਨ ਵਾਲੇ, ਅਤੇ ਮਰੀਮ ਦਾ ਆਪਰੇਸ਼ਨ ਮਾਸ਼ਾਅੱਲਾ ਕਾਮਯਾਬ ਆਪਰੇਸ਼ਨ ਹੋ ਚੁੱਕਿਆ ਮਰੀਮ ਦਾ, ਮਰੀਮ ਠੀਕ ਆ ਅਲਹਮਦੁਲਿਲਾ, ਅਤੇ ਬੋਤਲ ਲੱਗੀ ਹੋਈ ਮਰੀਮ ਨੂੰ, ਵੱਧਦੀ ਹੋ ਗਈ ਬੋਤਲ, ਤੇ ਗੱਪ ਸ਼ੱਪ ਲਾ ਕੇ ਸਾਰੇ ਖੁਸ਼ ਹੈਗੇ ਆ। ਉਹ ਲੱਗੀ ਹੋਈ ਆ, ਸ਼ੁਕਰ ਉਹਦੀ ਜਾਤ ਪਾਕ ਦਾ। ਹਾਂਜੀ, ਜਲਦੀ ਨਾ ਪੈਨ ਲੱਗੀ ਹੋਈ ਸੀ। ਤੇ ਦੂਸਰਾ ਬਾਜੀ, ਉਹ ਬਾਜੀ ਦਾ ਬਾਜੀ ਦਾ ਟੈਸਟ ਕਰਾਇਆ ਸੀ ਨਾ ਪਿੱਤੇ ਦਾ, ਹਾਂਜੀ ਠੀਕ ਹੈ, ਉਹਦੀ ਰਿਪੋਰਟ ਵੀ ਆ ਗਈ ਹੈ, ਤੇ ਹੁਣ ਅੱਜ ਸ਼ਾਮੀ ਡਾਕਟਰ ਸਾਹਿਬ ਨੇ ਕਿਹਾ ਵੀ ਤੁਸੀਂ ਸ਼ਾਮ ਲਿਓ, ਅੱਜ ਉਹਨੂੰ ਚੈੱਕ ਕਰਾਓ, ਤੇ ਉਹ ਟ੍ਰੇਨ ਬਾਜੀ ਯਾਰ ਫਿਰ ਮੈਂ ਤੇ ਚੱਲ ਜਾਣਾ ਹੈਗਾ। ਚਲੋ ਮੈਂ ਲਿਆਵਾਂਗਾ, ਤੇ ਤੁਸੀਂ ਟ੍ਰੇਨ ਵਗੈਰਾ ਲੱਗੀ ਹੋਈ ਕਹਿੰਦਾ ਸੀ ਤਾਂ ਟ੍ਰੇਨ ਕਢਾ ਲਓ। ਅੱਛਾ, ਤੇ ਨਾਲੇ ਉੱਥੋਂ ਰਿਪੋਰਟ ਡਿਪਾਰਟਮੈਂਟ ਚ ਕੋਈ ਡਿਪਾਰਟਮੈਂਟ ਜਿੱਥੋਂ ਆਪਾਂ ਟੈਸਟ ਕਰਾਇਆ ਸੀ, ਜਤੋਈ ਸੀ ਦਿੱਤੀ ਜੀ ਆਗਾ ਖਾਂ ਜੀ ਦਿੱਤੀ ਨਾ ਚਿਕਤੋਈ ਤੋਂ। ਅੱਛਾ ਚਿਕਤੋਈ ਜੀ, ਉਥੋਂ ਫਿਰ ਆਪਣੀ ਰਿਪੋਰਟ ਚੱਕ ਕੇ ਨਾ ਤੇ ਉਹ ਵੀ ਆਪਾਂ ਜਿਹੜਾ ਡਾਕਟਰ ਨੂੰ ਚੁੱਕਾ। ਚਲੋ ਅੱਛਾ, ਅੱਲਾ ਖੈਰ ਕਰੇ। ਉਹਦੇ ਮੈਂ ਕਿਹਾ ਨੈਟ ਨਹੀਂ ਚੱਲਣ ਡਿਆ, ਉਹ ਵੀ ਚੱਲਣਾ ਸਟੂਡੀਓ ਚੱਲਦਾ, ਨੈਟ ਸਾਰੇ 'ਚ ਰੌਲਾ ਆਏਗਾ, ਤੇ ਆਹ ਫੀਜੀ ਕਾਲ ਵੀ ਆ ਗਈ ਇੱਧਰ, ਇੱਕ ਦੇ ਕਾਲਾਂ ਵਾਲੇ ਨਹੀਂ ਖਲੋਣ ਦਿੰਦੇ ਹੈਗੇ, ਅਤੇ ਆਹ ਦਾਦੀ ਗੱਲਾਂ ਵਾਲੀ ਚੁੱਪ ਕਰਕੇ ਬੈਠੀ, ਹੁਣ ਨਹੀਂ ਗੱਲਾਂ ਦੀ ਉਹ ਇਹਨੂੰ, ਕਾਹਦਾ ਪਰੇਸ਼ਾਨ ਹੋ ਕੇ ਬੈਠੀ ਹੈ। ਦੜਾ ਹੀ ਦਰਦ। ਅੱਛਾ ਅੱਛਾ, ਚਲੋ ਅੱਛਾ, ਅੱਲਾ ਤੈਨੂੰ ਵੀ ਆਰਾਮ ਦੇਵੇ ਭਾਈ, ਠੀਕ ਹੈ। ਤਬਸਮ ਨੇ ਨਹੀਂ ਆਉਣਾ ਹੈਗਾ, ਠੀਕ ਹੈ ਨਾ। ਤੇ ਹੁਣ ਮੈਂ ਚੱਲਾਂ, ਕੋਈ ਟੈਨਸ਼ਨ ਹੈ ਤੇ ਮੈਨੂੰ ਦੱਸ ਦਿਓ, ਕੋਈ ਚੀਜ਼ ਦੀ ਜ਼ਰੂਰਤ ਆ ਉਹ ਵੀ ਦੱਸ ਦਿਓ,
ਬਾਅਦ ਪਿੱਛੋਂ ਫੋਨ ਕਰਕੇ ਤੰਗ ਨਾ ਕਰੀਓ ਫਿਰ ਏਡੀ ਦੂਰ ਮੇਰੇ ਕੋਲ ਆ ਨਹੀਂ ਹੋਣਾ ਹੈਗਾ। ਨਹੀਂ ਨਹੀਂ ਅੱਲਾ ਖੈਰ ਕਰੇ ਇੱਥੇ ਕਿਸੇ ਕਿਸੇ ਨੂੰ ਕੋਈ ਟੈਨਸ਼ਨ ਨਹੀਂ, ਅਸੀਂ ਬੈਠੇ ਹਾਂ ਮੈਂ ਬੈਠੇ ਮਿਲ ਗਏ ਉਸ ਨਾਲ ਬੈਠੇ। ਅੱਛਾ ਜੀ, ਇੱਕ ਲਿਆ ਸੀ ਬੇਬੀ ਵਾਸਤੇ ਫੀਡਰ ਇੱਥੋਂ, ਨੈਸਲੇ ਦੀ ਪਾਣੀ ਵਾਲੀ ਬੋਤਲ, ਸਾਡਾ ਬਿੱਲ, ਚੱਲਦੇ ਹਾਂ ਅਗਲੀ ਸਾਈਡ 'ਤੇ ਜੋ ਅੱਗਿਓਂ ਜੋ ਚੀਜ਼ਾਂ ਨੇ ਇਹਦੇ ਵਿੱਚ ਛਾਪਰ ਲਗਾ ਲਿਆ ਜੀ। ਹੁਣ ਅਸੀਂ ਮਠਿਆਈ ਦੀ ਦੁਕਾਨ 'ਤੇ ਅਤੇ ਮਠਿਆਈ ਲੈਣ ਲੱਗੇ ਹੈਗੇ, ਕਿਉਂਕਿ ਜਿੱਥੋਂ ਥੱਲੇ ਸਮਾਨ ਲਿਆ ਹੈਗਾ ਉਹਨਾਂ ਦਾ ਹੀ ਉੱਤੇ ਬੈਕਰੀ ਹੈਗੀ ਬਾਰੇ ਮਠਿਆਈ ਦੱਸ। ਅੱਛਾ ਜੀ, ਮਠਿਆਈ ਪੈਕ ਕਰਾ ਲਈ, ਪੈਕ ਮਠਿਆਈ ਪੈਕ ਕਰਕੇ ਦਿੱਤੀ, ਨਾਲ ਬਿੱਲ ਵੀ ਆ ਗਿਆ ਮਠਿਆਈ ਦਾ। ਕਿਸ ਤਰ੍ਹਾਂ ਕਿਲੋ ਦਿੱਤੀ ਬਾਈ? 900 ਰੁਪਏ ਕਿਲੋ ਮਠਿਆਈ ਹੈਗੀ ਇਹ ਜੀ, ਡਾਕਟਰਾਂ ਵਾਸਤੇ ਮਠਿਆਈ ਆ ਰਹੀ ਹੈਗੀ, ਜ਼ਬਰਦਸਤ ਬਣੀ ਠੀਕ ਹੈ ਨਾ। ਇਹ ਦੁਕਾਨ ਹੈਗੀ ਫਰੈਸ਼ ਖੋ ਵਾਲਿਆਂ ਦੀ, ਅਤੇ ਬਹੁਤ ਜ਼ਬਰਦਸਤ ਮਠਿਆਈ ਹੈਗੀ ਇੱਥੇ ਮਾਸ਼ਾ। ਅੱਛਾ ਜੀ, ਸਮੋਸੇ ਹੁਣ ਇੱਥੋਂ ਲੈਣ ਲੱਗੇ, ਅਤੇ ਕਿਉਂਕਿ ਫਿਰ ਰੋਟੀ ਲੈਣ ਗਏ ਤਾਂ ਫਿਰ ਕਾਫੀ ਟਾਈਮ ਲੱਗ ਜਾਣਾ ਪਿੱਛੇ ਜਾਂਦੇ ਹਾਂ, ਅਤੇ ਫਿਰ ਸਾਰੇ ਕਹਿੰਦੇ ਚਲੋ ਅਸੀਂ ਸਮੋਸੇ ਖਾ ਲਾਂਗੇ, ਅਤੇ ਹੁਣ ਸਮੋਸੇ ਇੱਥੋਂ ਉਹਨਾਂ ਵਾਸਤੇ ਲੈ ਚੱਲਦੇ ਹਾਂ, ਅਤੇ ਖੀਰ ਜਿਸ ਤਰ੍ਹਾਂ ਦੀ ਮੇਰੇ ਭੈਣ ਦਾ ਦਿਲ ਕਰੇ ਉਸ ਤਰ੍ਹਾਂ ਦੀ ਖੀਰ। ਇਹ ਮਕਰੋਨੀ ਬਣੀ ਪਈ ਹੈਗੀ ਮਾਸ਼ਾਅੱਲ੍ਹਾ, ਅਜੇ ਆਪਦਾ ਭੈਣ ਹੀ ਮਕਰੋਨੀ ਬੜੀ ਟਾਪ ਦੀ ਬਣਾਉਂਦੀ ਹੈਗੀ, ਅਤੇ ਸਮੋਸੇ ਲੈਂਦੇ ਹਾਂ। ਕਰੀਮ ਰੋਲ ਕਿੰਨੇ ਦਾ ਬਾਈ? ਅੱਛਾ ਜੀ, ਖਾਣਾ ਸ਼ਾਦ ਬੇਟਾ ਲਿਆ ਸੀ ਜਾ ਕੇ, ਅਤੇ ਖਾਣਾ ਸਾਰਿਆਂ ਨੇ ਬੈਗ ਖਾ ਲਿਆ, ਨਾਲ ਚਾਏ ਵੀ ਆਈ ਸੀ ਅਤੇ ਚਾਏ ਪੀ ਰਹੇ ਹਾਂ। ਵਾਲੇਕੁਮ ਸਲਾਮ। ਹੈਗਾ ਜੀ ਸਾਡਾ ਛੋਟਾ ਮਜ਼ਦੂਰ ਮਲੰਗੀ ਭਲਵਾਨ। ਹਾਂ ਬਈ, ਚਾਹ ਪੀ ਲਈ? ਵਾਲੇਕੁਮ ਸਲਾਮ। ਕੀ ਕਹਿੰਦੇ? ਤੁਸੀਂ ਨੀ ਜਾਣਾ ਹੈਗਾ? ਚਲੋ ਇੱਥੇ ਰਹੀਓ, ਮੈਂ ਇਕੱਲਾ ਘਰ ਚਲ ਜਾਊਂਗਾ, ਕਿਉਂਕਿ ਨਾਇਆ ਫਾਤਮਾ ਨੂੰ ਵੀ ਤਾਂ ਉੱਥੇ ਸੰਭਾਲਣਾ, ਉਹਨਾਂ ਨੇ ਉਹਨਾਂ ਨੇ ਸੋਣਾ ਵੀ ਮੇਰੇ ਨਾਲ, ਨਾਇਆ ਫਾਤਮਾ ਨੇ ਵੀ ਅਤੇ ਦਾਨਿਸ਼ ਨੇ ਵੀ, ਉਹ ਮੇਰੇ ਨਾਲ ਸੋਣਾ, ਉਹਨਾਂ ਨੇ ਨਹੀਂ ਤੰਗ ਕਰਦੇ, ਉਹ ਆਪਦੀ ਦਾਦੀ ਨਾਲ ਸੌਂਦੇ ਆ ਅਤੇ ਜਾਂ ਮੇਰੇ ਨਾਲ ਸੌਂਦੇ ਹੈਗੇ। ਨਹੀਂ ਬਸ ਤੁਸੀਂ ਹੁਣ ਕਰੋ ਕੰਮ, ਬਸ ਮੈਂ ਨਿਕਲ ਜਾਣਾ, ਅੱਲਾ ਖੈਰ ਕਰੇ। ਠੀਕ ਹੋ ਗਿਆ ਮਾਂ ਤੋਂ ਅੱਜ ਕਰਨਾ ਤੇ ਆਇਆ ਨਾ ਉਹਨਾਂ ਨੇ, ਨਾ ਪਿਓ ਆ ਨਾ ਮਾਂ ਵਾ ਨਾ ਉਹਨਾਂ ਦੀ ਦਾਦੀ ਆ, ਇੱਕ ਦਾਦਾ ਹੈਗਾ ਦੇਖੋ ਹੁਣ ਕਿਤੇ ਕਿਤੇ ਜੁੰਡੇ ਜੁੰਡੇ ਪਟਾਉਂਦਾ ਦੋ ਕੋਲ। ਦਾਦਾ ਵਿਚਾਰਾ ਕੀ ਕਰੇ, ਦਾਦਾ ਸਵੇਰੇ ਵਿਚਾਰਾ ਇੱਥੋਂ ਨੱਠਦਾ, ਉਹਨੂੰ ਫਿਰ ਸ਼ਾਮ ਨੂੰ ਵਿਚਾਰਾ ਇੱਥੇ ਆਉਂਦਾ, ਇੱਧਰ ਵੀ ਦੇਖੋ ਨੱਠਣਾ, ਮੈਂ ਉੱਧਰ ਵੀ ਨੱਠ, ਸਾਰਾ ਦਿਨ ਵਿਚਾਰਾ ਨੱਠਦਾ। ਮੈਂ ਤੇਰੀ ਅੰਮੀ ਨੂੰ ਕਿਹਾ, ਮੈਂ ਕਿਹਾ ਤੁਸੀਂ ਮੈਨੂੰ ਰੋਲ ਕੇ ਇੱਦਾਂ ਸੜਕਾਂ ਦੇ ਕਿਤੇ 'ਚ ਮਾਰ ਦੇਣਾ ਉੱਦਾਂ ਹੀ। ਬਾਕੀ ਅੱਲਾ ਪਾਸੇ ਦੇਵੇ, ਬਸ ਟਾਈਮ ਆ ਸੀ ਉਹ ਲੰਘ ਗਿਆ ਵਾ,
ਹਾਂਜੀ ਬਿਲਕੁਲ। ਮੈਂ ਕਿਹਾ ਮੈਂ ਸਾਰਾ ਦਿਨ ਭੱਜਦਾ, ਮੈਨੂੰ ਕਹੇ ਬਸ ਮੈਂ ਭੱਜ ਕੇ ਹੋਇਆ ਤੋ ਉਧਰ ਨੂੰ। ਮੈਂ ਕਿਹਾ ਕਮਲੀਏ ਸਾਰਾ ਸਵੇਰ ਹਸਪਤਾਲ ਪਹੁੰਚੀ ਸੀ, ਮਗਰ ਨਾਲੇ ਉਹ ਜਿਹੜੀ ਨਾਲੀ ਲਵਾਈ ਸੀ ਉਹ ਵੀ ਲਵਾਉਣੀ ਸੀ ਨਾ ਡਾਕਟਰ ਕੋਲ, ਨਾਲੇ ਨਾਲੀ ਲਵਾ ਕੇ ਨਾਲ ਡਾਕਟਰ ਨੂੰ ਚੈੱਕ ਕਰਾ ਕੇ। ਹਾਂਜੀ ਉੱਥੇ ਹੀ ਆ ਮਰੀਮ ਦਾ। ਪਤਾ ਨਹੀਂ ਕੱਲ ਦਿੰਦੇ ਪਰਸੋਂ ਦਿੰਦੇ, ਪਤਾ ਨਹੀਂ ਕੱਲ ਨਹੀਂ ਦੇਣੀ ਪਰਸੋਂ ਦੇਣਗੇ। ਉਹ ਸਾਇਦ ਦੀ ਮੈਂ ਦਾੜਾ ਦਰਦ ਕਰਦੀਆਂ ਨਾ, ਉਹਦੀਆਂ ਵਿਚਾਰੀ ਦੀਆਂ ਉਹਦੇ ਦੋ ਦੇ ਭਾਈ ਅੱਲਾ ਪਾਕ ਨੂੰ ਤੰਦਰੁਸਤੀ ਦੇਵੇ। ਇੱਕ ਦੋ ਤੇ ਕਢਾਈ ਫੇਰਦੀ ਹੈ, ਕਢਾਈਆਂ ਅੱਗੇ ਵੀ ਕਢਾਈਆਂ। ਦਾੜ ਦੀ ਦਰਦ ਜਿਹਾ ਹੈ ਹੀ ਬਹੁਤ, ਪਤਾ ਹੀ ਨਹੀਂ ਲੱਗਦਾ ਵੀ ਕਿਹੜੀ ਦਾੜ ਦੁਖਦੀ ਹੈ, ਕੋਈ ਪਤਾ ਨਹੀਂ ਲੱਗਦਾ ਬਾਹਰ ਦੀ ਨਾ। ਉਹ ਭਾਈ ਇੱਥੇ ਦਾੜ ਦੇ ਪੈਸੇ ਬੜੇ ਲੱਗਦੇ, ਮੈਂ ਸੁਣ ਕੇ ਰਹਿੰਦਾ ਪਰੇਸ਼ਾਨ। ਅੱਛਾ ਜੀ, ਹੋਰ ਕੀ ਆਪਣੇ ਤੇ ਸਾਗ 250-300 ਰੁਪਏ ਦਾੜ ਲੈਂਦਾ, ਪੱਟ ਕੇ ਪਰਾ ਮਾਰਦਾ, ਮਿੰਟਰੀ ਮਾਰਦਾ 300 ਰੁਪਏ ਸਿਰਫ। ਸੈਂ ਤੇ ਫਾਲੋਅਪ ਹੋਏਗਾ। ਅਸੀਂ ਗਏ ਸਰਾਮਾਬਾਦ, ਸਾਡੇ ਨਾਲ ਇੱਕ ਹੋਵੇ ਮਜ਼ਦੂਰ ਉੱਥੇ। ਹਾਂਜੀ, ਉਹ ਵੀ ਵਿਚਾਰੇ ਰਾਤ ਦਾੜ ਦੁਖੀ ਤੇ ਅਸੀਂ ਲੈ ਗਏ ਡਾਕਟਰ ਕੋਲ। ਸਾਜੀ ਉਹਨੇ ਮੰਗਿਆ 10,000 ਰੁਪਏ ਦਾੜ ਕਢਾਉਣ ਦਾ। ਅੱਛਾ ਵਾਜੀ, ਮੈਂ ਕਿਹਾ 10,000 ਰੁਪਏ ਲੱਗੂਗਾ ਤੇ ਦਾੜ ਨਿਕਲੂਗੀ ਤੇ ਪਲਾਸ ਫੜ ਕੇ ਆਓ ਕਿਸੇ ਨੇ। ਨਹੀਂ, ਫਿਰ ਉਹਨਾਂ ਅਸੀਂ ਮੁੰਡੇ ਨੂੰ ਕਿਰਾਇਆ ਦਿੱਤਾ, ਬੜੀ ਤਕਲੀਫ ਵਿਚਾਰੇ ਨੂੰ, ਗੋਲੀਆਂ ਲਿਆ ਦਿੱਤੀਆਂ, ਨਾ ਆਰਾਮ। ਫਿਰ ਅਸੀਂ ਉਹਨੂੰ ਕਿਹਾ ਪੁੱਤ ਇੱਦਾਂ ਕਰ, ਤੂੰ ਵਾਪਸ ਘਰ ਜਾ, ਉੱਥੇ ਆਪਣੇ ਜਿਹੜੇ ਡਾਕਟਰ ਉਹਨਾਂ ਨੂੰ ਦਿਖਾ ਕੇ ਤੇ ਆਪਦੀ ਦਾੜ ਦਾ ਜੇ ਆਰਾਮ ਹੈ ਠੀਕ ਨਹੀਂ ਤੇ ਦਾੜ ਕਢਾ ਕੇ ਜਾ ਕੇ। ਉਹ ਵਿਚਾਰਾ ਫਿਰ ਉੱਥੋਂ ਛੱਡ ਕੇ ਤੇ ਆ ਗਿਆ ਵਾਪਸ। ਉਹ ਗੱਲ ਕਰਦੇ ਵੀ ਦਾੜ ਦੀ ਦਰਦ ਜਿਹੜੀ ਹੈ ਬਹੁਤ ਬੁਰੀ ਹੈ, ਨਾ ਪਤਾ ਲੱਗਦਾ ਕਿਹੜੀ ਦਾੜ ਦੁਖਦੀ ਹੈ, ਨਾ ਪਤਾ ਲੱਗਦਾ ਕੰਨ ਦੁਖਦਾ ਕਿ ਦਾੜ ਦੁਖਦੀ ਹੈ। ਚਲੋ ਅੱਛਾ ਲੱਗਾ ਫਿਰ। ਹਾਂਜੀ, ਤੇ ਪੈਰ ਵੀ ਸਾਹਮਣੇ ਆਏ ਖਲੋ, ਤੇ ਟੈਂਕੀ ਵੀ ਆ ਗਈ। ਹਾਂਜੀ, ਟੈਂਕੀ ਵੀ ਆ ਗਈ ਤੇ ਇਹਦੇ ਨੂੰ ਅਰਸਲਾਨ ਆਏਗਾ ਤੇ ਫੇਰ ਹੀ ਸੇਵਰੇਜ ਦਾ ਕੰਮ ਕਰੇਗਾ। ਆ ਜਾਣਾ ਸਵੇਰੇ, ਇਨਸ਼ਾਅੱਲਾ ਕਰਾਂਗੇ ਦਾ ਸੇਵਰੇਜ ਦਾ ਇੰਤਜ਼ਾਮ ਕਰ ਦੇ। ਕੋਈ ਟੈਂਕੀ ਨਾਲ ਟੂਟੀ ਲੱਗੀ ਉਹਦੇ ਉੱਥੇ ਭਰ ਕੇ ਰੱਖਾਂਗੇ, ਉਹ ਥੱਲੇ ਰੱਖਾਂਗੇ ਮੇਰੇ ਪੁੱਤ ਖੋਰੇ ਦੇ ਵਿੱਚ, ਪਾਣੀ ਦੀ ਜ਼ਰੂਰਤ ਹੁੰਦੀ ਹੈ। ਉਹ ਸਾਹਮਣੇ ਟੂਟੀ ਮੇਰੇ ਭੈਣ ਪਰੋਂ ਲਵਾਈ ਅਸੀਂ। ਹਾਂਜੀ, ਇਹਨੂੰ ਉੱਚੀ ਥੋੜੀ ਗੱਲ ਰੱਖਾਂਗੇ, ਮੁੜੇ ਟੈਂਕੀ ਭਰਤੀ ਪਾਣੀ ਦੀ, ਇਹ ਚ ਬਰਤਨ ਬੁਰਤਨ ਧੋਤੇ ਸਾਫ਼ ਸੁਥਰੀ। ਹਾਂਜੀ ਬਿਲਕੁਲ, ਕਿਉਂਕਿ ਛੱਤ ਤੇ ਕਿੱਥੇ ਰੱਖਣੀ ਲਿਜਾ ਕੇ, ਛੱਤ ਤੇ ਨਹੀਂ ਉੱਥੇ ਸਹੀ ਹੈ ਥੱਲੇ ਸਭ। ਹਾਂਜੀ, ਤੇ ਮੇਰੇ ਭੈਣ ਭਰਾ ਆ ਸਾਡਾ ਹੈਗਾ ਗੁੱਲੂ ਪਠਾਨ, ਗੁੱਲੂ ਪਠਾਨ ਧੋ ਰਿਹਾ ਬਰਤਨ। ਹੁਣ ਕੱਪ ਲੁਕਾਉਂਦਾ ਵਾ ਪਾਣੀ 'ਚ, ਭਲਾ ਕੱਪ ਲੁਕਦਾ? ਮੰਮਾ ਚਾਹ ਨਹੀਂ ਦਿੰਦੀ ਇੰਨਾ ਦਿਨ, ਇਹ ਤੇ ਮੰਮਾ ਤੋਂ ਬਗੈਰ ਦਾਲ ਆ ਰਹੇ, ਦਾਲ ਆ ਰਹੇ ਤੇ ਅੰਦਰ ਪਾ ਰਹੇ ਪਰਤੀ, ਕਿਉਂਕਿ ਇਹ ਚਾਰ ਚਾਰ ਵਾਰ ਦਿੱਤੇ ਸੀਗੇ, ਡੀਪੀ ਸੀ ਪਾਈ ਹੈ ਤੇ ਫਿਰ ਅੰਦਰ ਪਰਤੀ ਪਾ ਰਹੇ ਹੈਗੇ। ਅਤੇ ਅੱਲਾ ਖੈਰ ਕਰੇ ਪਰਤੀ ਪੈ ਜਾਂਦੀ ਅਤੇ ਫਿਰ ਉੱਤੇ ਇਨਸ਼ਾਅੱਲਾ ਤਾਲਾ ਅਰਸਲਾਨ ਨਹੀਂ ਆਉਂਦੇ, ਫਿਰ ਕੰਮ ਚਾਲੂ ਕਰ ਦਿੰਦੇ। ਅੱਛਾ ਜੀ, ਅਤੇ ਇੱਥੇ ਅਸੀਂ ਐਂਡ ਕਰਦੇ ਹੈਗੇ, ਅਤੇ ਅੱਜ ਸਾਡੀ ਵੀਡੀਓ ਦਾ ਐਂਡ ਕਰੂਗੀ ਨਾਦਸ਼ ਬੇਟੀ। ਅੱਜ ਦੀ ਵੀਡੀਓ ਦਾ ਐਂਡ ਇੱਥੇ ਕਰਦੇ, ਸਾਡੀ ਅੱਜ ਦੀ ਵੀਡੀਓ ਸਰ ਸੰਦਾ ਲਾਈਕ ਕਰੋ, ਸਾਨੂੰ ਦੋ ਦਾ ਅੱਲਾ ਹਾਫਿਜ਼। ਅੱਲਾ ਹਾਫਿਜ਼। ਭੈਣ ਭਰਾਵਾਂ ਦੁਆਵਾਂ ਨਹੀਂ ਦੇਣੀਆਂ ਆਪਦੀਆਂ ਆਂਟੀਆਂ ਅੰਕਲਾਂ ਨੂੰ ਚਾਚੂਆਂ ਨੂੰ, ਹੈ ਸਾਡੇ ਵੱਲ ਮੇਰੇ ਵੱਲ ਸਾਡੇ ਸਾਰੇ ਵੱਲ ਮੇਰੀ ਫੁੱਫਾ ਆਂਟੀਆਂ ਨੂੰ ਸਾਰਿਆਂ ਨੂੰ ਦੋ। ਚਲੋ ਅੱਲਾ ਠੀਕ ਹੋ ਗਿਆ ਜੀ, ਅੱਲਾ ਹਾਫਿਜ਼। ਇਹਨੇ ਖਾਧੀ ਇਮਲੀ ਥੋੜੀ ਜਿਹੀ, ਗਲ ਬੈਠਾ ਹੋਇਆ, ਗਲ ਬੈਠਾ ਹੋਇਆ।